ਨਾ ਇਹ ਹੁਣ ਖੜੇ ਖੜਾ ਗੇਅਰ ਪਾ ਮੈਂ ਨੋਵਾ ਦੇ ਵਿੱਚ ਡੈਂਟ ਪੈ ਜੂ ਬਾਹਰ ਉਡਾਣਾ ਇਹਨੇ ਕਿਹੜਾ ਰੁਕਣਾ ਤੇਲ ਥੋੜਾ ਜਿਹਾ ਹੋਰ ਮੰਗ ਲੂ ਮੈਨੂੰ ਲੱਗਦਾ ਹੈਲੋ ਜਿਹੜੇ ਤੇਰੇ ਮੁੰਡੇ ਮਿਲਣ ਆਏ ਸੀ ਤੂੰ ਫੋਟੋ ਤਾਂ ਕਰਾ ਲੈਂਦਾ ਉਹਨਾਂ ਨਾਲ ਅੱਛਾ ਨਾ ਅੱਜ ਕਹਿੰਦੇ ਬਾਈ ਬਾਠ ਮੁੰਡਾ ਕਿੱਥੇ ਜਿਹਦਾ ਟਰੈਕਟਰ ਕਹਿੰਦੇ ਯਾਰ ਬਾਹਲੀ ਦੂਰੋਂ ਦਾਰੋਂ ਸੀਗੇ ਕਿੱਥੇ ਮਿਲੇ ਸੀ ਤੈਨੂੰ ਵਿਆਹ ਚ ਮਿਲੇ ਸੀ ਟਰੈਕਟਰ ਦੇ ਫੈਨ ਹੋ ਗਏ ਜਿੰਦਰੇ ਹੈਂ ਥੋੜੇ ਜਿਹੇ ਰੇਸ ਦੇ ਦੇਖਾ ਦੇ ਰੇਸ ਦੇਖਾ ਦੇ ਬਾਈ ਕੱਲ ਕੱਲ ਫੁੱਲ ਕਰਾਈ ਸੀ ਟੈਂਕੀ ਹਰੇ ਦੀ ਸੀ ਗੱਲ ਸੂਈ ਕੱਲ 53 ਪਾਇਆ ਸੀ 48 ਆਉਂਦੇ ਅੜਤਾਲੀ ਸੀ 48 ਜੇ ਆਪਣੇ ਬਾਰੇ ਖੜਾ ਹੀ ਆ ਹਾਂ ਮੁੰਡੇ ਹੈਂ ਅੱਛਾ ਬਾਲਾ ਵੱਡਾ ਗਾ ਜਾਮ ਉਹਦੇ ਉਹਦੇ ਅੰਗੂ ਸਮਝ ਕੇ ਬਸ ਬਸ ਬਾਲਾ ਨੇ ਕਹਿ ਉਹਨੂੰ ਗੱਲ ਕਰਕੇ ਲੈ ਆਈ ਆ ਉਹ ਵਗ ਗਿਆ ਆ ਥੋਣ ਲੱਗ ਗਿਆ ਪੀ ਮਾਰੀ ਹੋਏ ਹਾਰਨ ਮਾਰੀ ਹੋਏ ਕਿਉਂ ਅਰਥੋਂ ਲੱਗ ਗਿਆ ਉਹ ਦੇ ਗੜਾ ਆਇਆ ਕਰ ਬਈ ਜਾਮ ਹੈਗਾ ਬਾਲਾ ਵੱਡਾ 2-3 ਘੰਟੇ ਖੜਨਾ ਪਊ ਆਪਾਂ ਨੂੰ ਕੋਲ ਕੋਲੇ ਲੱਗਾ ਟਰੈਕਟਰ ਉਹ ਆਪਣਾ ਟਰੈਕਟਰ ਸਭ ਤੋਂ ਟੌਪ ਤੇ ਆ ਹੁਣ ਇਸ ਟਾਈਮ ਤੇ ਰਾਤ ਨੂੰ ਕਿੰਨੇ ਘੱਟੇ ਨੂੰ ਬਾਬੂ ਟਰੈਕਟਰ ਪੈਰਾ 50-60 ਕੱਟਦੇ ਬਈ ਬਈ ਜਿਹੜਾ ਅੜ ਜਾ ਕਰੇ ਉਹੀ ਖਿਲਾੜ ਦਿਆ ਕਰੀਏ ਆਉਂਦੇ ਹੋਏ ਪਤਾ ਤੇ ਇਹ ਤਾਂ ਦੁੱਗਣਾ ਖਾ ਗਿਆ ਖਾ ਜੂ ਮਤਲਬ ਐਂਡ ਤੱਕ ਬਾਕੀ ਦੇਖੋ ਅੰਦਰ ਉਹ ਮੇਰੇ ਜਾ ਕਿਹੜਾ ਬਗਜੋ ਆਪਣਾ ਦੱਬੀ ਖੜੀ ਅੰਦਰ ਤਾਂ ਕਰ ਲੈਣਗੇ ਅੱਗੇ 25-50 ਕੋਈ ਸਾਨੂੰ ਜਾਮ ਖਲਾ ਕੇ ਦਿਖਾ ਹੈ ਬਾਈ ਹੈਲੋ ਬੋਲੋ ਸੋਨੇ ਹਾਲੋ ਲੋ ਬਾਈ ਪਹੁੰਚ ਗਏ ਆਪਾਂ ਸਰਹੰਦ ਤੇ ਆਪਾਂ ਟਰੈਕਟਰ ਲਾਇਆ ਹੈਗਾ ਕਿੱਥੇ ਲਾਇਆ ਟਰੈਕਟਰ ਆਪਾਂ ਮੇਰੇ ਸਾਲ ਆ ਟਰੈਕਟਰ ਹੁਣ ਲੋਕੇਸ਼ਨ ਕੀ ਟਰੈਕਟਰ ਦੀ ਉਹ ਲੋਕੇਸ਼ਨ ਕੀ ਟਰੈਕਟਰ ਦੀ ਟਰੈਕਟਰ ਦੀ ਲੋਕੇਸ਼ਨ ਕੀ ਆਪਣੇ ਦੀ ਟਰੈਕਟਰ ਦੀ ਲੋਕੇਸ਼ਨ ਕੀ ਆਪਣੇ ਦੀ ਇੱਥੇ ਖੜਾਉਣਾ ਸੀਗਾ ਯਾਰ ਤੱਕ ਟਰੈਕਟਰ ਦੀ ਲੋਕੇਸ਼ਨ ਕੀ ਆਪਣੇ ਦੀ ਆਹ ਲੋਕੇਸ਼ਨ ਤੇ ਲਾਉਣਾ ਆਹ ਲੋਕੇਸ਼ਨ ਬਾਈ ਹੈਗੀ ਹੈਗੀ ਯੂਨੀਵਰਸਿਟੀ ਰੋਡ ਤੇ ਆਪਾਂ ਹਾਂ ਯੂਨੀਵਰਸਿਟੀ ਰੋਡ ਤੇ ਆ ਬਾਈ ਲੰਗਰ ਲੁੰਗਰ ਦੇਖ ਲਈਏ ਕੋਈ ਚਾਹ ਕਾਫੀ ਕੂਫੀ ਦਾ ਟਾਈਮ ਬਾਹਲਾ ਲੱਗ ਗਿਆ ਯਾਰ ਕਾਫੀ ਲਈ ਤਿਆਰ ਪਰ ਤਿਆਰ ਹੋ ਚੁੱਕੇ ਨੇ ਮਾਨਸਾ ਵਾਲੇ ਚੋਬਰ ਕਾਫੀ ਹੈ ਜੀ ਕਾਫੀ ਪੀ ਲਓ ਬਾਈ ਮੇਰੇ ਦੋ ਜਗ੍ਹਾ ਲਿਆ ਆਹ ਮੇਰਾ ਬਟ ਛੋਟਾ ਭਾਈ ਆਇਓ ਚੁੱਕਾ ਹੋਏ ਆਇਓ ਟਰੈਕਟਰ ਨੂੰ ਚੱਲਦੇ ਆਇਓ ਟਰੈਕਟਰ ਨੂੰ ਚੱਲਦੇ ਕਿਵੇਂ ਹੋ